ਦੇਖੋ ਜਿੰਨੀਆਂ ਮੀਟਿੰਗਾਂ ਹੋਈਆਂ ਜੀ ਉਹਨਾਂ ਦੇ ਵਿੱਚ ਉਹਨਾਂ ਨੂੰ ਇੱਕ ਗੱਲ ਨਹੀਂ ਆਈ ਤੇ ਉਹਨਾਂ ਨੂੰ ਕਾਨੂੰਨ ਜਿਹੜੇ ਆ ਸਾਰੇ ਅਸੀਂ ਦੱਸੇ ਵੀ ਇਹ ਗਲਤ ਕਿੱਦਾਂ ਆ ਉਹ ਝੂਠੇ ਆ ਚੰਨੀ ਸਾਹਿਬ ਆਏ ਨੇ ਨਵੇਂ ਉਹ ਕਹਿੰਦੇ ਮੈਂ ਕਿਸਾਨੀ ਸੰਘਰਸ਼ ਮੋਰਚੇ ਜਾਊਗਾ ਉਹਨੂੰ ਸਮਾਂ ਦਿੱਤਾ ਜਾਊਗਾ ਉੱਥੇ ਸਪੈਕਟ ਕੀਤਾ ਜਾਊਗਾ ਪੇਜ ਤੋਂ ਤਾਂ ਨਹੀਂ ਉਹਨੂੰ ਟਾਈਮ ਦਿੱਤਾ ਜਾਊ ਉਹ ਵਿੱਚ ਜੇ ਸਧਾਰਨ ਵਿਅਕਤੀ ਦੇ ਤੌਰ ਤੇ ਜਾ ਕੇ ਹਾਜ਼ਰੀ ਲਾਉਣੀ ਚਾਹੁੰਦਾ ਬੈਠਣਾ ਚਾਹੁੰਦਾ ਪੰਡਾਲ 'ਚ ਜਾ ਕੇ ਬੈਠ ਲੈ ਸੰਸਾਰ ਦੇ ਵਿੱਚ ਜਾਂ ਹਿੰਦੁਸਤਾਨ ਦੇ ਵਿੱਚ ਕਿਤੇ ਮੋਰਚਾ ਨਹੀਂ ਲੱਗਾ ਜਿੱਡੀ ਐਡੀ ਲੰਮੀ ਲੜਾਈ ਇਹ ਲੜ ਰਹੇ ਆ ਜੋ ਜਥੇਬੰਦੀਆਂ ਦਾ ਜਦੋਂ ਕੱਢੀ ਰਿਹਾ ਆ ਸਾਡੇ ਨੇ ਉਹ ਆ ਉਹ ਆਪਣਾ ਘਰ ਦਾ ਕੰਮ ਛੱਡ ਕੇ ਆਪਣੀ ਖੇਤੀ ਛੱਡ ਕੇ ਸਾਰਾ ਕੁਝ ਦਾਜ ਤੇ ਲਾ ਕੇ ਦਿੱਲੀ ਮੋਰਚੇ 'ਚ ਜਾ ਕੇ ਬੈਠਾ ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ ਅਸੀਂ ਇਸ ਵਕਤ ਖੜੇ ਹਾਂ ਫਗਵਾੜਾ ਬਾਈਪਾਸ ਤੇ ਜਿੱਥੇ ਕਿ ਆਜ਼ਾਦ ਕਿਸਾਨ ਕਮੇਟੀ ਦੁਆਬਾ ਅਤੇ ਸਮੂਹ ਕਿਸਾਨਾਂ ਦੇ ਵੱਲੋਂ ਅੱਜ ਰੋਡ ਬੰਦ ਕਰਕੇ ਧਰਨਾ ਦਿੱਤਾ ਜਾ ਰਿਹਾ ਹੈ ਤਿੰਨਾਂ ਕਾਲੇ ਕਾਨੂੰਨਾਂ ਦੇ ਖਿਲਾਫ਼ ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਬੰਦ ਦਾ ਸੱਦਾ ਦਿੱਤਾ ਗਿਆ ਸੀਗਾ ਉਸ ਦੇ ਤਹਿਤ ਅੱਜ ਪੂਰੇ ਭਾਰਤ ਦੇ ਵਿੱਚ ਅਲੱਗ ਅਲੱਗ ਜਥੇਬੰਦੀਆਂ ਵੱਲੋਂ ਬੰਦ ਕੀਤਾ ਗਿਆ ਹੈ ਹੁਸ਼ਿਆਰਪੁਰ ਦੇ ਫਗਵਾੜਾ ਚੌਂਕ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਸੀ ਸਾਡੇ ਨਾਲ ਨੇ ਹਰਪਾਲ ਸਿੰਘ ਸੰਘਾ ਜੀ ਸੰਘਾ ਜੀ ਅੱਜ ਬੰਦ ਦਾ ਕਿਹੋ ਜਿਹਾ ਸਮਰਥਨ ਹੁਣ ਤੱਕ ਮਿਲ ਰਿਹਾ ਜੀ ਦੇਖੋ ਜਿਹੜਾ ਹੁਣ ਤੱਕ ਆ ਜੀ ਜਿੰਨਾ ਅਸੀਂ ਕਹੀਏ ਦੇਰਵਾ ਸੀ ਜੇ ਲੋਕ ਆ ਰਹੇ ਆ ਹੁਣ ਵੀ ਜ਼ੋਰ ਸ਼ੋਰ ਨਾਲ ਘਰਾਂ ਦੇ ਕੰਮ ਕਰਕੇ ਮੁਕਾ ਕੇ ਆਪਣੇ ਪੰਡਾਲ ਦੇ ਵਿੱਚ ਸਾਰੇ ਪਹੁੰਚ ਰਹੇ ਆ ਕਿਉਂਕਿ ਵੱਡਾ ਚੌਂਕ ਹੈ ਇਹਦੇ ਆਲੇ ਦੁਆਲੇ ਵੀ ਸਾਡੇ ਜਿਹੜੇ ਸਾਰੇ ਸਾਥੀ ਖੜੇ ਆ ਅਤੇ ਇਸ ਚੌਂਕ ਦੇ ਵਿੱਚ ਵੀ ਜਿਹੜੇ ਆ ਰਹੇ ਆ ਪੂਰਾ ਹੀ ਸਮਰਥਨ ਆ ਪਿੰਡ ਬੰਦ ਆ ਸਾਰੇ ਅੱਡੇ ਜਿਹੜੇ ਬੰਦ ਆ ਸਾਰੇ ਥਾਂ 'ਤੇ ਲੋਕ ਜਿਹੜੇ ਸਾਡੇ ਨਾਲ ਆ ਇੱਕ ਸਾਲ ਦੇ ਕਰੀਬ ਸਮਾਂ ਹੋ ਗਿਆ ਦਿੱਲੀ ਬੈਠਿਆਂ ਨੂੰ ਮੋਦੀ ਵੱਲੋਂ ਹਲੇ ਤੱਕ ਇੱਕ ਵੀ ਕਿਸਾਨਾਂ ਦੇ ਵਿੱਚ ਸ਼ਬਦ ਨਹੀਂ ਨਿਕਲਿਆ ਅਮਰੀਕਾ ਜਿਹੋ ਜਿਹਾ ਉਹਦਾ ਵਿਰੋਧ ਹੋਇਆ ਕਿਸ ਤਰ੍ਹਾਂ ਮੰਨਦੇ ਹੋ ਉਹਨੂੰ ਦੇਖੋ ਵਿਰੋਧ ਉਹਦਾ ਹਰ ਥਾਂ ਹੋ ਰਿਹਾ ਪੰਜਾਬ 'ਚ ਹੋ ਰਿਹਾ ਦੇਸ਼ ਦੇ ਵਿੱਚ ਹੋ ਰਿਹਾ ਯੂਪੀ ਦੇ ਵਿੱਚ ਪਿੱਛੇ ਬਹੁਤ ਵੱਡੀ ਰੈਲੀ ਹੋਈ ਉੱਥੇ ਵੀ ਹੋਇਆ ਹਰ ਥਾਂ ਹੋ ਰਿਹਾ ਜਿੱਦਾਂ ਬੰਦੇ ਨੇ ਇੱਕ ਮੰਨ ਲਓ ਇੱਕ ਗੱਲ ਨੂੰ ਮੰਨ ਲਿਆ ਹੋਵੇ ਵੀ ਮੈਂ ਇਹ ਗੱਲ ਮੰਨਣੀ ਨਹੀਂ ਕਿਸਾਨਾਂ ਦੀ ਵੀ ਮੈਂ ਕਰਨਾ ਹੀ ਹੈ ਮੈਂ ਕਾਰਪੋਰੇਟਾਂ ਦੇ ਜਿਹੜਾ ਕੰਮ ਕਰਨਾ ਮੈਂ ਝੂਠ ਬੋਲ ਕੇ ਆਇਆ ਸਭ ਕੁਝ ਕਰਦਾ ਅਸਲ ਦੇ ਵਿੱਚ ਜਿਹੜੀ ਉੱਥੇ ਸਮੱਸਿਆ ਹੈ ਉਹਦੀ ਇਹ ਜਿੱਦਾਂ ਕਹਿੰਦੇ ਹੋਮੇ ਦੀ ਸਮੱਸਿਆ ਆ ਹੋਰ ਕੋਈ ਗੱਲ ਨਹੀਂ ਉਹਨਾਂ ਨੂੰ ਵੀ ਪਤਾ ਵੀ ਇਹ ਜਿਹੜੇ ਆ ਕਾਨੂੰਨ ਆ ਇਹ ਕਿਸਾਨਾਂ ਨੇ ਲਾਗੂ ਨਹੀਂ ਹੋਣ ਦੇਣੇ ਨਾ ਅਸੀਂ ਪੰਜਾਬ ਦੇ ਵਿੱਚ ਜਾਂ ਜਿਹੜੇ ਜਿੰਨੀਆਂ ਸਟੇਟਾਂ ਦੇ ਵਿੱਚ ਮੂਵਮੈਂਟ ਦਾ ਜ਼ੋਰ ਆ ਉੱਥੇ ਜਾ ਕੇ ਅਸੀਂ ਕੁਛ ਕਮਾਈ ਕਰ ਸਕਾਂਗੇ ਜਾਂ ਉੱਥੇ ਜਾ ਕੇ ਮੁੜ ਕੇ ਸੱਤਾ ਜਾ ਸਕਾਂਗੇ ਇਹ ਨਹੀਂ ਹੋ ਸਕਣਾ ਉਹਨਾਂ ਨੂੰ ਇਹੀ ਗੱਲ ਆ ਕਿਉਂਕਿ ਜਿੱਦਾਂ ਵੋਟਾਂ ਲਾਗੇ ਆਉਂਦੀਆਂ ਉਹਦੇ ਲਾਗੇ ਜਾ ਕੇ ਉਹਨਾਂ ਨੂੰ ਇਹ ਹਰ ਹਾਲਤ ਕਾਨੂੰਨ ਜਿਹੜੇ ਕਿਸਾਨਾਂ ਦੇ ਮੰਨਣੇ ਪਊਗੇ ਉਹਨਾਂ ਦੀ ਜਿਹੜੀ ਗੱਲ ਆ ਉਹਨੂੰ ਮੰਨਣਾ ਪਊਗਾ ਜੀ ਵਾਪਸ ਲੈਣੇ ਪੈਣਗੇ ਜੀ ਤੁਸੀਂ ਵੀ ਕਿਸ 31 ਜਥੇਬੰਦੀਆਂ ਦੇ ਵਿੱਚ ਮੇਨ ਆਗੂ ਹੋ ਕਿੰਨੀ ਦੇਰ ਹੋ ਗਈ ਹੈ ਸਰਕਾਰ ਨਾਲ ਕੋਈ ਗੱਲਬਾਤ ਨਹੀਂ ਹੋਈ ਕਿਹੋ ਜਿਹਾ ਮਾਹੌਲ ਹੁੰਦਾ ਉਸ ਵੇਲੇ ਜਦੋਂ ਮੀਟਿੰਗ ਹੁੰਦੀ ਜਥੇਬੰਦੀਆਂ ਦੀ ਕਿਹੋ ਜਿਹੇ ਵਿਚਾਰ ਕੀਤੇ ਜਾਂਦੇ ਆ ਦੇਖੋ ਜਿੰਨੀਆਂ ਮੀਟਿੰਗਾਂ ਹੋਈਆਂ ਜੀ ਉਹਨਾਂ ਦੇ ਵਿੱਚ ਉਹਨਾਂ ਨੂੰ ਇੱਕ ਗੱਲ ਨਹੀਂ ਆਈ ਤੇ ਉਹਨਾਂ ਨੂੰ ਕਾਨੂੰਨ ਜਿਹੜੇ ਆ ਸਾਰੇ ਅਸੀਂ ਦੱਸੇ ਵੀ ਇਹ ਗਲਤ ਕਿੱਦਾਂ ਆ ਉਹ ਝੂਠੇ ਆ ਅਸੀਂ ਕਹਿੰਦੇ ਵੀ ਉਹ ਰਿਪੋਰਟ ਆ ਜਿਹੜੀ ਸਾਡੀ ਉੱਥੇ ਵਾਲੀ ਉਹ ਲੋਕਾਂ 'ਚ ਨਸ਼ਰ ਕਰ ਦਿਓ ਜੇ ਅਸੀਂ ਲੋਕਾਂ ਨੂੰ ਇਹ ਪਤਾ ਲੱਗ ਜਾਏ ਵੀ ਉੱਥੇ ਜਿਹੜੀ ਹਾਲਤ ਆ ਵੀ ਉਹ ਕਿਹੋ ਜਿਹੀ ਸੀ ਇਸ ਕਰਕੇ ਆ ਜਿਹੜਾ ਮਾਹੌਲ ਆ ਉੱਥੇ ਕੋਈ ਦੂਸਰਾ ਨਹੀਂ ਹੁੰਦਾ ਅਸੀਂ ਰਿਕਾਰਡਿੰਗ ਨਹੀਂ ਆਪਣੇ ਤੌਰ 'ਤੇ ਕਰ ਸਕਦੇ ਸੀ ਰਿਕਾਰਡਿੰਗ ਸਰਕਾਰ ਦੇ ਕੋਲ ਆ ਮਤਲਬ ਜਿਹਦੇ ਵਿੱਚ 100% ਉਹ ਕਿਸਾਨਾਂ ਦੇ ਹੱਕ ਦੇ ਵਿੱਚ ਆ ਜਿਹੜੀ ਉਹ ਰਿਪੋਰਟਿੰਗ ਆ ਅੱਜ ਕਹਿੰਦੇ ਵੀ 11 ਮੀਟਿੰਗਾਂ ਦੀ ਕਰ ਦਿਓ ਬਾਹਰ ਨਸ਼ਰ ਕਰ ਦਿਓ ਜਿਹੜੀ ਆ ਉੱਥੇ ਸਰਕਾਰ ਨੂੰ ਕਿਸਾਨਾਂ ਦੀ ਦਲੀਲ ਮੋਰੇ ਕੋਈ ਗੱਲ ਨਹੀਂ ਆ ਰਹੀ ਉੱਥੇ ਦੀਪ ਸਿੱਧੂ ਦੀ ਗੱਲ ਕੀਤੀ ਜਾਵੇ ਤਾਂ ਆਏ ਦਿਨ ਚਰਚਾ 'ਚ ਰਹਿੰਦਾ ਪਿੱਛੇ ਵੀ ਦਿਨ ਵੀ ਨੇ ਕਹਿਤਾ ਕਿ ਜਿਹੜੇ ਕਿਸਾਨ ਵੈਸੇ ਬਿਮਾਰੀ ਨਾਲ ਉੱਥੇ ਮਰੇ ਉਹ ਸ਼ਹੀਦ ਨਹੀਂ ਹੈ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਜਿਹੜਾ ਸ਼ਹੀਦ ਦਾ ਕਨਸੈਪਟ ਆ ਜਿਹੜਾ 32 ਜਥੇਬੰਦੀਆਂ ਜਾਂ 40 ਜਥੇਬੰਦੀਆਂ ਉਹ ਮੰਨਦੀਆਂ ਕਿ ਜਿਹੜਾ ਬੰਦਾ ਆਪਣਾ ਘਰ ਦਾ ਕੰਮ ਛੱਡ ਕੇ ਦੇਸ਼ ਦੇ ਲਈ ਕਿਸਾਨਾਂ ਲਈ ਜਾ ਕੇ ਮੋਰਚੇ 'ਤੇ ਬੈਠਾ ਜੇ ਉਹਦੀ ਮੌਤ ਹੁੰਦੀ ਆ ਤਾਂ ਉਹਨੂੰ ਸ਼ਹੀਦ ਮੰਨਿਆ ਜਾਊ ਕਿਉਂਕਿ ਉਹਦਾ ਨਿੱਜ ਉਸ ਕੰਮ ਦੇ ਵਿੱਚ ਕੋਈ ਨਿੱਜ ਨਹੀਂ ਹੁੰਦਾ ਉਹਦੀ ਪਰਸਨੈਲਿਟੀ ਨਹੀਂ ਹੁੰਦੀ ਉਹਦੇ ਵਿੱਚ ਉਹ ਕਿਉਂਕਿ ਉਹ ਜਿਹੜਾ ਸਮੂਹ ਦੇ ਲਈ ਲੜਨ ਗਿਆ ਹੁੰਦਾ ਇਸ ਕਰਕੇ ਸਾਡੀ ਉਹ ਜਿਹੜੀ ਦਲੀਲ ਆ ਸੀ ਉਹਦੇ ਮੁਤਾਬਕ ਸ਼ਹੀਦ ਮੰਨਦੇ ਹਾਂ ਉਹਨਾਂ ਦਾ ਕੋਈ ਹੋਰ ਪੈਮਾਨਾ ਹੋ ਸਕਦਾ ਸ਼ਹੀਦ ਮੰਨਣ ਦਾ ਅਸੀਂ ਕਹਿੰਦੇ ਵੀ ਉਹ ਜ਼ਰੂਰੀ ਨਹੀਂ ਕਿਸੇ ਹੋਰ ਜਿਹੜਾ ਸਾਡਾ ਜਿਹੜਾ ਪੈਮਾਨਾ ਆ ਕਿਸੇ ਦੇ ਮੇਲ 'ਚ ਆਵੇ ਜੋ ਜਥੇਬੰਦੀਆਂ ਦਾ ਜਦੋਂ ਕੱਢੀ ਰਿਹਾ ਆ ਸਾਡੇ ਨੇ ਉਹ ਆ ਉਹ ਆਪਣਾ ਘਰ ਦਾ ਕੰਮ ਛੱਡ ਕੇ ਆਪਣੀ ਖੇਤੀ ਛੱਡ ਕੇ ਸਾਰਾ ਕੁਝ ਦਾਜ 'ਤੇ ਲਾ ਕੇ ਦਿੱਲੀ ਮੋਰਚੇ 'ਚ ਜਾ ਕੇ ਬੈਠਾ ਅਤੇ ਉਹਦੇ ਕਰਕੇ ਉਹਦਾ ਇਹ ਕੋਈ ਨਿੱਜ ਨਹੀਂ ਸਮੂਹ ਦੇ ਵਿੱਚ ਹੀ ਉਹਦਾ ਜਿਹੜਾ ਉਹਦੇ ਆਪਣੇ ਜਿਹੜੇ ਹਿੱਤ ਸਮਾਏ ਆ ਇਸ ਕਰਕੇ ਜੇ ਉਹਨੂੰ ਕਹਿ ਦਈਏ ਵੀ ਕੋਈ ਆਪਣੀ ਪਰਸਨਲ ਲੜਾਈ ਨਹੀਂ ਲੜ ਰਿਹਾ ਉਹ ਸਮੂਹ ਦੀ ਲੜਾਈ ਲੜ ਰਿਹਾ ਇਸ ਕਰਕੇ ਅਸੀਂ ਉਹਨੂੰ ਸ਼ਹੀਦ ਦਾ ਦਰਜਾ ਦਿੰਦੇ ਵੀ ਸ਼ਹੀਦ ਆ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਸਰਕਾਰ ਚੇਂਜ ਹੋਈ ਆ
ਚੰਨੀ ਸਾਹਿਬ ਆਏ ਨੇ ਨਵੇਂ, ਉਹ ਕਹਿੰਦੇ ਮੈਂ ਕਿਸਾਨੀ ਸੰਘਰਸ਼ ਮੋਰਚੇ ਜਾਊਗਾ, ਉਹਨੂੰ ਸਮਾਂ ਦਿੱਤਾ ਜਾਊਗਾ, ਉੱਥੇ ਸਪੈਕਟ ਕੀਤਾ ਜਾਊਗਾ? ਦੇਖੋ ਅਸੀਂ ਸਟੇਜ ਤੋਂ ਤਾਂ ਨਹੀਂ ਉਹਨੂੰ ਟਾਈਮ ਦਿੱਤਾ ਜਾਊ, ਉਹ ਵਿੱਚ ਜੇ ਸਧਾਰਨ ਵਿਅਕਤੀ ਦੇ ਤੌਰ 'ਤੇ ਜਾ ਕੇ ਹਾਜ਼ਰੀ ਲਾਉਣੀ ਚਾਹੁੰਦਾ, ਬੈਠਣਾ ਚਾਹੁੰਦਾ ਪੰਡਾਲ 'ਚ ਜਾ ਕੇ ਬੈਠ ਲਏ। ਪਰ ਇੱਕ ਮੈਂ ਦੱਸਣਾ ਚਾਹੁੰਦਾ, ਜਿਹੜੇ ਚੰਨੀ ਸਾਹਿਬ ਆ ਇਹ ਜਿਹੜਾ ਕਾਂਗਰਸ ਨੇ ਬਦਲ ਕੇ ਕੈਪਟਨ ਸਾਹਿਬ ਨੂੰ ਪਿੱਛੇ ਕਰਕੇ ਉਹਨਾਂ ਨੂੰ ਲੈ ਕੇ ਆਉਂਦਾ, ਉਹਨਾਂ ਨੂੰ ਲੱਗਦਾ ਹੁਣ ਮੰਨ ਲਓ ਦੁਆਬੇ ਦੇ ਵਿੱਚ ਬਹੁਤ ਨੁਕਸਾਨ ਹੋਇਆ ਫਸਲਾਂ ਦਾ, ਆਲੂਆਂ ਦਾ, ਮਟਰਾਂ ਦਾ, ਗਾਜਰਾਂ ਦਾ ਨੁਕਸਾਨ ਹੋਇਆ, ਇੱਥੇ ਮੁਆਵਜ਼ਾ ਦੇ ਦੇਵੇ ਚੰਨੀ ਸਾਹਿਬ ਦੇ ਦੇਣ, ਉੱਧਰ ਪਾਸੇ ਨਰਮੇ ਨੂੰ ਸੁੰਡੀ ਪਈ ਆ, ਉੱਥੇ ਕਿਸਾਨਾਂ ਦਾ ਮਸਲਾ ਹੱਲ ਕਰ ਦੇਣ। ਮਤਲਬ ਕਰਨਾ ਕਰਾਉਣਾ ਕੱਖ ਨਹੀਂ, ਨਵੇਂ ਤੋਂ ਨਵਾਂ ਚਿਹਰਾ ਲਿਆ ਕੇ ਮੋਹਰੇ ਲਈ ਜਾਵੋ ਤੁਸੀਂ, ਇਹਦੇ ਨਾਲ ਲੋਕਾਂ ਨੂੰ ਜਿਹੜੀ ਉਹ ਸਮੱਸਿਆ ਸੋਲਵ ਨਹੀਂ ਹੋਣੀ, ਅਤੇ ਲੋਕਾਂ ਨੇ ਮਗਰ ਨਹੀਂ ਲੱਗਣਾ, ਜਾਂ ਉੱਥੇ ਸਟੇਜ ਦੇ ਉੱਤੇ ਚੜ ਕੇ ਭੰਗੜੇ ਪਾ ਲਏ ਜਾਂ ਇਹ ਕਰਦੇ ਆ। ਕਿਸਾਨੀ ਟੁੱਟ ਰਹੀ ਆ, ਕਿਸਾਨੀ ਮਰ ਰਹੀ ਆ, ਉਹ 600 ਤੋਂ ਵੱਧ ਬੰਦਾ ਉੱਥੇ ਕਿਸਾਨੀ ਦਾ ਉੱਥੇ ਜਿਹੜਾ ਸ਼ਹੀਦ ਹੋ ਗਿਆ, ਦੱਸੋ ਉਹਦੇ ਲਈ ਕੀ ਕਰਦੇ ਹੋ? ਆਹ ਜਿਹੜਾ ਜਿਹੜਾ ਇੱਥੇ ਆਰਥਿਕਤਾ ਤਬਾਹ ਹੋ ਗਈ ਦੁਆਬੇ ਖੇਤਰ 'ਚ, ਇਹਦੇ ਲਈ ਕੀ ਕਰਦੇ ਹੋ? ਉੱਥੇ ਮਾਲਵੇ ਦੇ ਵਿੱਚ ਉਹ ਸੁੰਡੀ ਨੇ ਨਰਮਾ ਬਰਬਾਦ ਕਰ ਦਿੱਤਾ, ਉਹਦੇ ਲਈ ਕੀ ਕਰਦੇ ਹੋ? ਗੱਲ ਸਵਾਲ ਇਹ ਆ, ਇਹ ਨਵਾਂ ਚਿਹਰਾ ਜਿਹਾ ਆਇਆ, ਅਸੀਂ ਕਹਿੰਦੇ ਕਾਂਗਰਸ ਦਾ ਪਿੱਛੇ ਲੰਮਾ ਦੇਰ ਤੁਰਿਆ, ਕੈਪਟਨ ਨੂੰ ਪਿੱਛੇ ਕਰਦਾ, ਉਹਨੂੰ ਮੋਹਰੇ ਲੈ ਆਉਂਦਾ, ਇਹਦੇ ਨਾਲ ਕੋਈ ਫਰਕ ਨਹੀਂ। ਆਖਰੀ ਸਵਾਲ ਆ, ਕੀ ਲੱਗਦਾ ਜਿਹੜਾ ਅੱਜ ਦਾ ਪ੍ਰਦਰਸ਼ਨ ਹੈ ਬੰਦ ਆ ਜਿਹੜਾ ਸਵੇਰੇ 6 ਤੋਂ 4 ਵਜੇ ਤੱਕ ਦਾ, ਕਿੰਨਾ ਕੁ ਅਸਰ ਪਊਗਾ ਜਿਹੜਾ ਮੋਦੀ ਸਰਕਾਰ 'ਤੇ? ਦੇਖੋ ਇਹ ਦੇਸ਼ ਵਿਆਪੀ ਆ ਜੀ, ਪੂਰੇ ਦੇਸ਼ ਦੀ ਕਾਲ ਆ, ਕੋਈ ਵੀ ਜਿਹੜਾ ਸੱਦਾ ਹੁੰਦਾ ਇਹ ਲੋਕਾਂ ਨੂੰ ਅਟਰੈਕਟ ਕਰਦਾ, ਹਾਕਮਾਂ ਲਈ ਚੁਣੌਤੀ ਬਣਦਾ ਕਿ ਲੋਕ ਜਾਗਦੇ ਆ, ਲੋਕਾਂ ਦੀਆਂ ਜ਼ਮੀਰਾਂ ਜਾਗਦੀਆਂ, ਅਸੀਂ ਜਾਣੀ ਕਿ 10 ਮਹੀਨੇ ਤੋਂ ਬਾਅਦ ਵੀ ਅਸੀਂ ਇੱਥੇ ਡਟ ਕੇ ਖੜ੍ਹੇ ਹਾਂ, ਇਸ ਮੋਰਚੇ ਲਈ ਖੜ੍ਹੇ ਹਾਂ। ਅੱਜ ਵੀ ਜੇ ਦੇਖਣਾ ਹੋਵੇ 1 ਸਾਲ ਬਾਅਦ ਵੀ ਲੋਕ ਖੜ੍ਹੇ ਆ, ਇਹਨਾਂ ਨੂੰ ਇਹ ਹੋ ਗਿਆ ਅਹਿਸਾਸ ਵੀ ਜੇ ਇਹ ਕਾਨੂੰਨ ਵਾਪਸ ਨਾ ਅਸੀਂ ਗਵਾਏ ਤੇ ਇਹ ਸਾਡੀਆਂ ਜ਼ਮੀਨਾਂ ਜਾਂਦੀਆਂ ਲੱਗਣੀਆਂ, ਇਸ ਇਹਨੂੰ ਬਚਾ ਨਹੀਂ ਸਕੂਗਾ। ਇਸ ਕਰਕੇ ਅੱਜ ਇਹ 10 ਮਹੀਨੇ ਤੋਂ ਵੱਧ ਸਮੇਂ ਤੋਂ ਵੀ ਉੱਦਾਂ ਦਾ ਸਾਲ ਹੋ ਗਿਆ ਉਹਨਾਂ ਨੂੰ ਲੜਦੇ, ਵੀ 2 ਮਹੀਨੇ ਇੱਥੇ ਲੜਦੇ ਹੋ ਗਏ ਸੀ, 10 ਮਹੀਨੇ ਉੱਥੇ ਹੋ ਗਏ। ਮਤਲਬ ਐਡਾ ਵੱਡਾ ਸੰਸਾਰ ਦੇ ਵਿੱਚ ਜਾਂ ਹਿੰਦੁਸਤਾਨ ਦੇ ਵਿੱਚ ਕਿਤੇ ਮੋਰਚਾ ਨਹੀਂ ਲੱਗਾ ਜਿੱਡੀ ਐਡੀ ਲੰਮੀ ਲੜਾਈ ਇਹ ਲੜ ਰਹੇ ਆ। ਇਸ ਕਰਕੇ ਇਹ ਮੋਰਚਾ ਅਵਸ਼ ਜਿੱਤੂਗਾ, ਇਹਨੂੰ ਹਰਾ ਨਹੀਂ ਸਕਦਾ। ਤਾਂ ਇਹ ਸਨ ਹਰਪਾਲ ਸਿੰਘ ਸੰਘਾ ਜੀ, ਜਿਹਨਾਂ ਨੇ ਦੱਸਿਆ ਕਿ ਇਹ 'ਚ ਬੰਦ ਦਾ ਪੂਰਾ ਸਫਲ ਰਿਹਾ ਹਾਲੇ ਤੱਕ, ਜਿੱਥੇ ਜਿੱਥੋਂ ਵੀ ਖਬਰਾਂ ਆ ਰਹੀਆਂ ਨੇ ਸਾਰੀ ਜਗ੍ਹਾ ਬੰਦ ਆ, ਨਾਲ ਹੀ ਉਹਨੇ ਕਿਹਾ ਕਿ ਅੱਜ ਦੇ ਜੋ ਅੱਜ ਦਾ ਬੰਦ ਹੈ ਉਸ ਦੇ ਨਾਲ ਮੋਦੀ ਸਰਕਾਰ ਨੂੰ ਜ਼ਰੂਰ ਅਸਰ ਪਵੇਗਾ ਅਤੇ ਜਿਹੜੀ ਕਿਸਾਨ ਸੰਘਰਸ਼ ਮੋਰਚਾ ਜ਼ਰੂਰ ਜਿੱਤੇਗਾ। ਗਲੋਬਲ ਪੰਜਾਬ ਲਈ ਹੁਸ਼ਿਆਰਪੁਰ ਤੋਂ ਅਮਰੀਕ ਕੁਮਾਰ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ, ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾਂ ਐਪਲ ਟੀਵੀ ਤੇ, ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ। ਦੇਖੋ ਜਿੰਨੀਆਂ ਮੀਟਿੰਗਾਂ ਹੋਈਆਂ ਜੀ ਉਹਨਾਂ ਦੇ ਵਿੱਚ ਉਹਨਾਂ ਨੂੰ ਇੱਕ ਗੱਲ ਨਹੀਂ ਆਈ ਤੇ ਉਹਨਾਂ ਨੂੰ ਕਾਨੂੰਨ ਜਿਹੜੇ ਆ ਸਾਰੇ ਅਸੀਂ ਦੱਸੇ ਵੀ ਇਹ ਗਲਤ ਕਿੱਦਾਂ ਆ, ਉਹ ਝੂਠੇ ਆ। ਚੰਨੀ ਸਾਹਿਬ ਆਏ ਨੇ ਨਵੇਂ, ਉਹ ਕਹਿੰਦੇ ਮੈਂ ਕਿਸਾਨੀ ਸੰਘਰਸ਼ ਮੋਰਚੇ ਜਾਊਗਾ, ਉਹਨੂੰ ਸਮਾਂ ਦਿੱਤਾ ਜਾਊਗਾ, ਉੱਥੇ ਸਪੈਕਟ ਕੀਤਾ ਜਾਊਗਾ? ਸਟੇਜ ਤੋਂ ਤਾਂ ਨਹੀਂ ਉਹਨੂੰ ਟਾਈਮ ਦਿੱਤਾ ਜਾਊ, ਉਹ ਵਿੱਚ ਜੇ ਸਧਾਰਨ ਵਿਅਕਤੀ ਦੇ ਤੌਰ 'ਤੇ ਜਾ ਕੇ ਹਾਜ਼ਰੀ ਲਾਉਣੀ ਚਾਹੁੰਦਾ, ਬੈਠਣਾ ਚਾਹੁੰਦਾ ਪੰਡਾਲ 'ਚ ਜਾ ਕੇ ਬੈਠ ਲਏ। ਸੰਸਾਰ ਦੇ ਵਿੱਚ ਜਾਂ ਹਿੰਦੁਸਤਾਨ ਦੇ ਵਿੱਚ ਕਿਤੇ ਮੋਰਚਾ ਨਹੀਂ ਲੱਗਾ ਜਿੱਡੀ ਐਡੀ ਲੰਮੀ ਲੜਾਈ ਇਹ ਲੜ ਰਹੇ ਆ। ਜੋ ਜਥੇਬੰਦੀਆਂ ਦਾ ਜਦੋਂ ਕੱਟੀ ਰਿਹਾ ਆ ਸਾਡੇ ਨੇ, ਉਹ ਆ ਉਹ ਆਪਣਾ ਘਰ ਦਾ ਕੰਮ ਛੱਡ ਕੇ, ਆਪਣੀ ਖੇਤੀ ਛੱਡ ਕੇ, ਸਾਰਾ ਕੁਝ ਦਾਅ 'ਤੇ ਲਾ ਕੇ ਦਿੱਲੀ ਮੋਰਚੇ 'ਚ ਜਾ ਕੇ ਬੈਠੇ।